ਪ੍ਰੋਗਰਾਮ ਗੈਸਟ ਹਾਊਸ ਦੇਖ ਰਹੇ ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਜਾਣੀ ਕਿ ਸੁੱਖਾ ਗੱਲ ਵੱਲੋਂ ਬਹੁਤ ਬੜੀ ਸਤਿ ਸ਼੍ਰੀ ਅਕਾਲ ਤੇ ਮੇਰੇ ਵੱਲੋਂ ਜਾਣੀ ਕਿ ਸਿਮਰਨ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈਲੋ ਦੋਸਤੋ, ਅੱਜ ਪ੍ਰੋਗਰਾਮ ਗੈਸਟ ਹਾਊਸ ਦੇ ਵਿੱਚ ਮੇਰੀ ਮਾਰਕੀਟ ਵਿੱਚ ਚੱਲ ਰਹੀ ਕੈਸਟ ਬੀਅਰ ਵਰਗੀ, ਜਿਹਨੂੰ ਕਿ ਤੁਸੀਂ ਪਰਮਾ ਹੁੰਗਾਰਾ ਦਿੱਤਾ। ਕਈ ਦੇ ਦੋਸਤ ਮੈਂ ਦੇਖ ਰਿਹਾ ਕਿ ਬੀਅਰ ਦਾ ਨਾਂ ਸੁਣਦਾ ਹੀ ਥੋੜ੍ਹਾ ਜਿਹਾ ਚਿਹਰੇ 'ਤੇ ਲਾਲੀ ਆ ਗਈ ਹੈ। ਔਰ ਦੋਸਤੋ, ਤੁਹਾਡੇ ਸਾਰਿਆਂ ਨੂੰ ਖੁਸ਼ ਕਰਨ ਲਈ ਔਰ ਇੰਜੋਇਮੈਂਟ ਲਈ ਔਰ ਇੱਕ ਸੱਭਿਆਚਾਰਕ ਦਾਇਰੇ ਦੇ ਵਿੱਚ ਰਹਿੰਦੇ ਹੋਏ ਇਸ ਕੈਸਟ ਨੂੰ ਅਸੀਂ ਆਨੰਦ ਕੰਪਨੀ ਵੱਲੋਂ ਮਾਰਕੀਟ ਦੇ ਵਿੱਚ ਲਾਂਚ ਕੀਤਾ, ਜਿਸ ਦੇ ਨਾਲ ਮੇਰਾ ਸਾਥ ਦਿੱਤਾ ਮਿਸ ਸਿਮਰਨ ਨੇ ਔਰ ਪੰਸਕਾਰਯੋਗ ਮੁਕੇਸ਼ ਕੁਮਾਰ ਜੀ, ਜਿਨ੍ਹਾਂ ਨੇ ਕਿ ਬੜੀ ਪੂਰੀ ਤਨਦੇਹੀ ਨਾਲ, ਮਿਹਨਤ ਦੇ ਨਾਲ ਸਾਨੂੰ ਦੋਨਾਂ ਨੂੰ ਮਾਰਕੀਟ ਦੇ ਵਿੱਚ ਤੁਹਾਡੇ ਸਾਹਮਣੇ ਕੀਤਾ। ਨਾਲ ਹੀ ਸਾਡੇ ਪੱਪੀ ਬਰਕੰਦੀ ਜੀ, ਜੋ ਕਿ ਉੱਘੇ ਪੇਸ਼ਕਾਰ ਹਨ, ਉਹਨਾਂ ਦੇ ਲਿਖੇ ਗੀਤ ਵੀ ਇਸ ਦੇ ਵਿੱਚ ਮੈਂ ਗਾਇਆ। ਮਿਸ ਕਾਲ ਤੋਂ ਬਿਨਾਂ ਨਾ ਫੋਨ ਲਾਇਆ ਕਰ ਵੀ ਦੋਸਤੋ ਚੱਲ ਰਿਹਾ। ਔਰ ਜਿੱਥੋਂ ਤੱਕ ਦੋਸਤੋ ਆਪਾਂ ਮੇਰੇ ਸਫ਼ਰ ਦੀ, ਗਾਇਕੀ ਸਫ਼ਰ ਦੀ ਗੱਲ ਕਰੀਏ, ਤਾਂ ਹਰ ਇੱਕ ਇਨਸਾਨ ਇਹੀ ਕਹਿੰਦਾ ਕਿ ਮੈਨੂੰ ਬਹੁਤ ਜ਼ਿਆਦਾ ਸਹਿਯੋਗ ਘਰ ਤੋਂ ਮਿਲਿਆ ਜਾਂ ਇਸ ਤਰ੍ਹਾਂ ਮਿਲਿਆ। ਔਰ ਮੈਂ ਤੁਹਾਡੇ ਨਾਲ ਸੱਚੀਆਂ ਗੱਲਾਂ ਕਰਾਂਗਾ, ਕਿਉਂਕਿ ਮੈਨੂੰ ਘਰ ਤੋਂ 1% ਵੀ ਸਹਿਯੋਗ ਨਹੀਂ ਮਿਲਿਆ। ਦੋਸਤਾਂ ਤੋਂ ਸਹਿਯੋਗ ਮਿਲਿਆ, ਟੀਚਰਾਂ ਤੋਂ ਸਹਿਯੋਗ ਮਿਲਿਆ, ਔਰ ਇਹਨਾਂ ਦੋਸਤਾਂ ਦੇ ਸਹਾਰੇ, ਟੀਚਰਾਂ ਦੇ ਸਹਾਰੇ ਮੈਂ ਘਰਦਿਆਂ ਤੋਂ ਚੋਰੀ ਚੋਰੀ ਕਾਲਜ ਦੇ ਵਿੱਚ ਗਾਇਆ, ਸਕੂਲ ਦੇ ਵਿੱਚ ਗਾਇਆ, ਫਿਰ ਕਾਲਜ ਦੇ ਵਿੱਚ ਗਾਇਆ। ਔਰ ਇਸ ਸਫ਼ਰ ਨੂੰ ਮੈਂ ਚੱਲਦੇ ਚੱਲਦੇ ਪੰਜਾਬੀ ਯੂਨੀਵਰਸਿਟੀ ਤੋਂ ਮੈਂ ਗੋਲਡ ਮੈਡਲਿਸਟ ਵੀ ਆ ਚੁੱਕਿਆ ਢਾਡੀ ਵਾਰ ਦੇ ਵਿੱਚ, ਮਿਰਜ਼ੇ ਦੇ ਵਿੱਚ। ਔਰ ਇਸੇ ਦਰਮਿਆਨ ਹੀ ਕਰਦੇ ਕਰਦੇ ਮੈਂ ਡਿਪਲੋਮਾ ਕੀਤਾ, ਕੰਪਿਊਟਰ ਇੰਜੀਨੀਅਰ ਹਾਂ। ਔਰ ਨਾਲ ਨਾਲ ਫਿਰ ਦੋਸਤਾਂ ਦੇ ਕਹਿਣ 'ਤੇ ਹੌਲੀ ਹੌਲੀ ਮੈਨੂੰ ਪ੍ਰੋਗਰਾਮਸ ਦੀ ਔਫਰ ਆਉਣ ਲੱਗੀ। ਕਾਲਜ ਦੇ ਵਿੱਚ ਕਿਸੇ ਨੇ ਕਹਿਣਾ ਕਿ ਯਾਰ ਸਾਡੇ ਪ੍ਰੋਗਰਾਮ ਹੈ, ਵਿਆਹ, ਅਤੇ ਚੱਲ ਤਾਂ ਦੋ ਗਾਣੇ ਗਾ ਰਹੀ ਆ ਕੇ, ਅਤੇ ਮੈਂ ਦੋ ਗਾਣੇ ਗਾਉਣੇ। ਹੌਲੀ 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 ਮੈਨੂੰ ਹੌਸਲਾ ਬਣਿਆ। ਫਿਰ ਮੇਰੇ ਦੋਸਤਾਂ ਨੇ ਮੈਨੂੰ ਪੈਸੇ ਇਕੱਠੇ ਕਰਕੇ ਦਿੱਤੇ। ਮੈਨੂੰ ਯਾਦ ਹੈ ਉਹ ਟਾਈਮ ਜਦੋਂ ਕਿ ਮੇਰੇ ਸਾਰੇ ਦੋਸਤਾਂ ਨੇ 30,000 ਰੁਪਇਆ ਇਕੱਠਾ ਕਰਕੇ ਮੈਨੂੰ ਦਿੱਤਾ। ਕਹਿੰਦੇ ਯਾਰ ਆਪਾਂ ਨਾ ਇੱਕ ਮਾਸਟਰ ਤਿਆਰ ਕਰੀਏ, ਤਾਂ ਜੋ ਅਸੀਂ ਕਿਸੇ ਨੂੰ ਸੁਣਾ ਤਾਂ ਸਿੱਖਿਆ ਕਰੀਏ ਵੀ ਯਾਰ ਵੀ ਤੇਰੇ ਗੀਤ ਗਾਉਂਦਾ ਕਿਹੋ ਜਿਹਾ, ਕਿਸੇ ਨੂੰ ਪ੍ਰੋਗਰਾਮ ਬੁੱਕ ਕਰਵਾਉਣ ਲਈ। ਗੀਤ ਇਕੱਠੇ ਕੀਤੇ ਅਸੀਂ ਸਾਰਿਆਂ ਨੇ, ਮਿਊਜ਼ਿਕ ਮੇਰੇ ਦੋਸਤ ਹੀ ਸੀਗੇ ਗੁਰਜੀਤ ਗੁਰਮੀਤ, ਉਹਨਾਂ ਨੇ ਮੇਰਾ ਸਹਿਯੋਗ ਦਿੱਤਾ ਉਸ ਟਾਈਮ। ਉੱਘੇ ਪੇਸ਼ਕਾਰ ਗੁਰਤੇਜ ਗੋਕੇ, ਜਸਵੀਰ ਭਾਈ ਰੁੱਪਾ, ਹਰਮੀਤ ਸਿਮੀਆਂ, ਔਰ ਕਾਫੀ ਐਸੇ ਦੋਸਤ ਮਿੱਤਰਾਂ ਨੇ ਮੈਨੂੰ ਖੁਸ਼ ਕੀਤਾ। ਇੱਕ ਛੋਟੀ ਜਿਹੀ ਕੈਸਟ ਤਿਆਰ ਕੀਤੀ, ਇੱਕ ਲੋਕਲ ਕੰਪਨੀ 'ਚੋਂ ਅਸੀਂ ਉਸਨੂੰ ਰਿਲੀਜ਼ ਕੀਤਾ। ਇਸ ਦੇ ਦਰਮਿਆਨ ਥੋੜ੍ਹਾ ਜਿਹਾ ਹੋਰ ਹੌਸਲਾ ਫੜਿਆ, 5-7-10-12 ਪ੍ਰੋਗਰਾਮ ਲਾਏ। ਔਰ ਕਿਸੇ ਨੇ ਮੈਨੂੰ ਪ੍ਰੋਗਰਾਮ ਬੁੱਕ ਕਰਾਉਣ ਦੇ ਪੁੱਛਣਾ ਕਿ ਕਿੰਨੇ ਕੁ ਪੈਸੇ ਲਓਗੇ, ਮੈਂ ਕਹਿਣਾ ਯਾਰ ਮੈਨੂੰ ਇੱਕ ਵਾਰੀ ਬੁਲਾ ਲਓ, ਠੀਕ ਹੈ। ਜਦੋਂ ਖਰਚਾ ਆਇਆ ਮੇਰੇ ਸਾਥੀਆਂ ਨੂੰ ਆਪਦੇ ਹੱਥ ਨਾਲ ਖਰਚਾ ਦੇ ਦੇਣਾ, ਮੈਂ ਕੁਛ ਨਹੀਂ ਲੈਣਾ, ਪਰ ਮੈਨੂੰ ਇੱਕ ਵਾਰ ਤੁਸੀਂ ਆਪਣੇ ਪ੍ਰੋਗਰਾਮ 'ਚ ਮੌਕਾ ਦਿਓ। ਹੌਲੀ ਹੌਲੀ ਕਿਸਮਤ ਨੇ ਤੁਹਾਡੇ ਪਿਆਰ ਸਤਿਕਾਰ ਸਦਕਾ ਮੈਨੂੰ ਐਸੀ ਰੱਬ ਨੇ ਦੁਆ ਦਿੱਤੀ, ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਐਸੀ ਮੈਨੂੰ ਹੌਸਲਾ ਮਿਲਿਆ ਕਿ ਮੇਰਾ ਮੇਲ ਪਰਮ ਸਤਿਕਾਰ ਮੁਕੇਸ਼ ਕੁਮਾਰ ਜੀ, ਆਨੰਦ ਕੰਪਨੀ ਨਾਲ ਹੋਇਆ। ਔਰ ਦੋਸਤੋ, ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਅੱਜ ਦੇ ਦੌਰ ਦੇ ਸਿੰਗਰਸ ਇਹ ਗੱਲ ਕਹਿੰਦੇ ਆ ਕਿ ਸਾਨੂੰ ਪ੍ਰਮੋਸ਼ਨ ਨਹੀਂ ਮਿਲਦੀ, ਪੈਸੇ ਤੋਂ ਬਗੈਰ ਨਹੀਂ ਕੁਛ ਹੋ ਸਕਦਾ। ਇਹ 'ਚ ਕੋਈ ਸ਼ੱਕ ਨਹੀਂ ਕਿ ਪੈਸੇ ਤੋਂ ਬਗੈਰ, ਮੀਡੀਆ ਦੇ ਬਗੈਰ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਟਾਈਮ ਟੀ ਵੀ ਚੈਨਲ ਦੇ ਥਰੂ, ਆਪਾਂ ਇਸ ਗੱਲਬਾਤ ਨੂੰ ਸ਼ੇਅਰ ਕਰ ਰਹੇ ਹਾਂ, ਮੈਂ ਆਪ ਜੀ ਦੇ ਸਾਹਮਣੇ ਗੱਲਾਂ ਬਾਤਾਂ ਕਰ ਰਿਹਾ। ਪਰ ਦੋਸਤੋ, ਕਿਤੇ ਨਾ ਕਿਤੇ ਤੁਹਾਡੀ ਕੁਆਲਿਟੀ ਦੀ, ਤੁਹਾਡੀ ਸੱਚਾਈ ਦੀ, ਤੁਹਾਡੀ ਇਮਾਨਦਾਰੀ ਦੀ ਕਦਰ ਜ਼ਰੂਰ ਪੈਂਦੀ ਹੈ। ਔਰ ਦੋਸਤੋ, ਜੇ ਮੈਂ ਗੱਲ ਕਰਾਂ ਆਪਣੀ ਕੈਸਟ ਬੀਅਰ ਵਰਗੀ, ਤਾਂ ਜਦੋਂ ਕੈਸਟ ਦਾ ਨਾਮ ਰੱਖਿਆ ਗਿਆ ਤਾਂ ਮੈਨੂੰ ਫੋਨ ਆਏ, ਕਹਿੰਦੇ ਯਾਰ ਬੀਅਰ ਵਰਗੀ ਦਾ ਕੀ ਮਤਲਬ ਹੋਇਆ, ਕਮਾਲ ਹੈ। ਤੋ ਉਹ ਦੋ ਬੋਲ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਮੈਂ ਔਰ ਮਿਸ ਸਿਮਰਨ। ਗੀਤ ਘਰੇਲੂ ਹੈ, ਮੀਆਂ ਬੀਬੀ ਦੀ ਲੜਾਈ ਹੈ, ਜੋ ਕਿ ਸਾਡੇ ਪੰਜਾਬ ਦੀ ਹਰ ਘਰ ਦੀ ਮਿੱਠੀ ਮਿੱਠੀ ਨੋਕ ਝੋਕ ਹੈ। ਔਰ ਇਸ ਦੇ ਵਿੱਚ ਮੈਂ ਦੱਸਣਾ ਚਾਹਿਆ ਗੀਤ ਦੇ ਵਿੱਚ ਕਿ ਜ਼ਰੂਰੀ ਨਹੀਂ ਕਿ ਸ਼ਰਾਬ ਪੀ ਕੇ ਅਸੀਂ ਘਰਾਂ 'ਚ ਲੜਾਈਆਂ ਹੀ ਕਰਨੀਆਂ, ਘਰਵਾਲੀ ਨੂੰ ਤੰਗ ਕਰਨਾ, ਗਾਲਾਂ ਹੀ ਕੱਢਣੀਆਂ, ਘਰਵਾਲੀ ਦੇ ਨਾਲ ਮੋਹ ਪਿਆਰ ਵੀ ਕਰ ਸਕਦੇ ਹਾਂ। ਇਸ ਗੀਤ ਰਾਹੀਂ ਅਸੀਂ ਦਰਸਾਇਆ
तो ऐसा दो दो लेना पता सांझियां करन जा रहे हैं। अद्धी रात नूं आके कातों डंड जपांदा वे जिथों पीके आया रोटी खाके आंदा वे जिथों पीके आया रोटी खाके आंदा वे तेरे नाल ता माया प्यार दा कोई इजहार नहीं जे तू नित दे दारू पीनी तेरे नाल कोई प्यार नहीं जे तू नित दे दारू पीनी तेरे नाल कोई प्यार नहीं। वजे पौने नौ वजे कुंडा खा तू लाया नी अखां खोल के वेख पति परमेश्वर आया नी ओ देसी दारू वांगू का तू दिल ते लड़दी है ठंडी रह मटियारे नी तू मेरी धीर वर्गी है हाँ ठंडी रह मटियारे नी तू मेरी धीर वर्गी है। ਇਹ ਗੀਤ ਦੋਸਤੋ ਅਸੀਂ ਤੁਹਾਡੇ ਸਨਮੁਖ ਕੀਤਾ ਹੈ ਔਰ ਜਿਸਦਾ ਵੀਡੀਓ ਟਾਈਮ ਟੀ ਵੀ ਚੈਨਲ 'ਤੇ ਤੁਹਾਨੂੰ ਤੁਸੀਂ ਦੇਖਿਆ ਔਰ ਕਾਫੀ ਪਿਆਰ ਦਿੱਤਾ। ਇਸ ਦੇ ਨਾਲ ਨਾਲ ਹੀ ਇੱਕ ਗੀਤ ਹੋਰ ਚੈਨਲ 'ਤੇ ਚੱਲ ਰਿਹਾ ਜੋ ਕਿ ਸਾਡੇ ਪੇਸ਼ਕਾਰ ਪੱਪੀ ਗੁਰਗੰਦੀ ਜੀ ਦਾ ਲਿਖਿਆ ਹੋਇਆ, ਉਸਦੀਆਂ ਵੀ ਦੋ ਲੈਣਾ ਕਿਉਂਕਿ ਅੱਜ ਕੱਲ੍ਹ ਦੇ ਮੋਬਾਈਲ ਦਾ ਯੁੱਗ ਹੈ ਔਰ ਮੋਬਾਈਲ ਦੇ ਯੁੱਗ ਨੂੰ ਸਨਮੁਖ ਰੱਖਦੇ ਹੋਏ ਪੱਪੀ ਜੀ ਨੇ ਗੀਤ ਲਿਖਿਆ, ਤੋ ਉਹ ਵੀ ਤੁਹਾਡੇ ਨਾਲ ਦੋ ਲੈਣਾ ਸਾਂਝੀਆਂ ਕਰਨਾ ਚਾਹੁੰਦੇ ਹਾਂ ਮੈਂ ਔਰ ਮਿਸ ਸਿਮਰਨ। ਚੋਰੀ ਪਰਦੇ ਦੀ ਚੀਜ਼ ਮੁੰਡਿਆ ਐਵੇਂ ਨਾ ਯਾਰਾਂ ਚ ਡੰਡ ਪਾਇਆ ਕਰ ਵੇ ਚੋਰੀ ਆਰੀ ਪਰਦੇ ਦੀ ਚੀਜ਼ ਮੁੰਡਿਆ ਐਵੇਂ ਨਾ ਯਾਰਾਂ ਚ ਡੰਡ ਪਾਇਆ ਕਰ ਵੇ ਪੈਜੇ ਨਾ ਸਿਆਪਾ ਕੋਈ ਮੈਨੂੰ ਸੋਹਣਿਆ ਪੈਜੇ ਨਾ ਸਿਆਪਾ ਕੋਈ ਮੈਨੂੰ ਸੋਹਣਿਆ ਮਿਸ ਕਾਲ ਤੋਂ ਬਿਨਾਂ ਨਾ ਫੋਨ ਲਾਇਆ ਕਰ ਵੇ ਕਰਨਾ ਨੀ ਫੋਨ ਬੜਾ ਮੋੜਾ ਦਿਲ ਨੂੰ ਕਰਨਾ ਨੀ ਫੋਨ ਬੜਾ ਮੋੜਾ ਦਿਲ ਨੂੰ ਫਿਰ ਵੀ ਨੰਬਰ ਤੇਰਾ ਹੋ ਜੇ ਡੈਲ ਨੀ ਕਰਨਾ ਨੀ ਫੋਨ ਬੜਾ ਮੋੜਾ ਦਿਲ ਨੂੰ ਕਰਨਾ ਨੀ ਫੋਨ ਬੜਾ ਮੋੜਾ ਦਿਲ ਨੂੰ ਫਿਰ ਵੀ ਨੰਬਰ ਤੇਰਾ ਹੋ ਜੇ ਡੈਲ ਨੀ ਕਰਨਾ ਨੀ ਫੋਨ ਬੜਾ ਮੋੜਾ ਦਿਲ ਨੂੰ ਫਿਰ ਵੀ ਨੰਬਰ ਤੇਰਾ ਹੋ ਜੇ ਡੈਲ ਨੀ ਇਸ ਤਰ੍ਹਾਂ ਦੀਆਂ ਗੱਲਾਂ ਦੋਸਤੋ ਇਹਨਾਂ ਗੀਤਾਂ ਦੇ ਰਾਹੀਂ
ਅਸੀਂ ਆਮ ਘਰੇਲੂ ਜ਼ਿੰਦਗੀ ਆਪਣੀਆਂ ਪ੍ਰੋਫੈਸ਼ਨਲ ਜ਼ਿੰਦਗੀ ਦੇ ਮੁੱਦੇ ਇਹ ਗੀਤ ਸਰ ਦੋਸਤੋ ਹੋਰ ਮੈਨੂੰ ਯਾਦ ਆਇਆ ਕਿਉਂਕਿ ਜੱਟ ਸ਼ਬਦ ਕਿਸਾਨ ਸ਼ਬਦ ਸਾਡੇ ਪੰਜਾਬ ਦੇ ਅੱਧੇ ਨੇੜੇ ਹੈ ਔਰ ਉਸ ਦੀਆਂ ਵੀ ਦੋ ਲੈਣਾ ਤੁਹਾਡੇ ਨਾਲ ਸਮਝੀਆਂ ਮੈਂ ਜ਼ਰੂਰ ਕਰਨਾ ਚਾਹਾਂਗਾ ਉਸ ਗੀਤ ਦੇ ਬੋਲ ਹਨ ਨੱਕੜਾਂ ਖੇਤਾਂ ਚ ਕਮਾਈਆਂ ਨੀ ਤੂੰ ਫੈਸ਼ਨਾਂ ਚੁੜਾਈਆਂ ਨੱਕੜਾਂ ਖੇਤਾਂ ਚ ਕਮਾਈਆਂ ਨੀ ਤੂੰ ਫੈਸ਼ਨਾਂ ਚੁੜਾਈਆਂ ਉਹ ਖੇਤਾਂ ਵਿੱਚ ਜੱਟ ਸੜਦਾ ਨੀ ਰੋਟੀ ਟਾਈਮ ਸਿਰ ਕਦੇ ਨਾ ਪਕਾਉਂਦੀ ਗਵਾਂਢੀਆਂ ਨੇ ਲਾ ਤੇ ਤੜਕੇ ਨੀ ਤੇਰੀ ਸੁਰਖੀ ਲੋਟ ਨੀ ਆਉਂਦੀ ਗਵਾਂਢੀਆਂ ਨੇ ਲਾ ਤੇ ਤੜਕੇ ਨੀ ਤੇਰੀ ਸੁਰਖੀ ਲੋਟ ਨੀ ਆਉਂਦੀ ਇਸ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਸਤਿਕਾਰ ਦਿੱਤਾ ਤੁਹਾਡੇ ਸਾਰਿਆਂ ਦਾ ਰਿਣੀ ਹੈ ਔਰ ਨਾਲ ਫਿਰ ਦੁਬਾਰਾ ਕੈਸਟ ਬੀਅਰ ਵਰਗੀ ਜੋ ਕਿ ਆਨੰਦ ਕੰਪਨੀ ਵੱਲੋਂ ਪਰਮ ਸਤਿਕਾਰਯੋਗ ਮੁਕੇਸ਼ ਕੁਮਾਰ ਜੀ ਨੇ ਇਸ ਨੂੰ ਮਾਰਕੀਟ ਦੇ ਵਿੱਚ ਤੁਹਾਡੇ ਰੂਬਰੂ ਮੇਰੇ ਵਰਗੇ ਨਿਮਾਣੇ ਜਿਹੇ ਸਿੰਗਰ ਨੂੰ ਪੇਸ਼ ਕੀਤਾ ਇਹਨਾਂ ਦਾ ਫਿਰ ਧੰਨਵਾਦ ਕਰਦਾ ਔਰ ਤੁਸੀਂ ਰੱਬ ਰੂਪ ਬੈਠੇ ਹੋ ਸਾਰੇ ਕਿਉਂਕਿ ਸੰਗਤ ਦੇ ਵਿੱਚ ਇੱਕ ਰੱਬ ਕਹਿੰਦੇ ਸੰਗਤ ਦੇ ਵਿੱਚ ਰੱਬ ਹੁੰਦਾ ਔਰ ਤੁਹਾਡੇ ਸਾਰਿਆਂ ਤੋਂ ਆਸ਼ੀਰਵਾਦਾਂ ਦੀ ਕਾਮਨਾਵਾਂ ਕਰਦਾ ਹੋਇਆ ਇਸ ਉਮੀਦ ਨਾਲ ਕਿ ਤੁਸੀਂ ਮੈਨੂੰ ਅਤੇ ਮਿਸ ਸਿਮਰਨ ਨੂੰ ਇਸੇ ਤਰ੍ਹਾਂ ਹੀ ਮਾਰਕੀਟ ਦੇ ਵਿੱਚ ਕਬੂਲਦੇ ਰਹੋਗੇ ਔਰ ਸਾਨੂੰ ਹੌਸਲਾ ਵਧਾਉਂਦੇ ਰਹੋਗੇ ਮੈਂ ਸਿਮਰਨ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਤੁਸੀਂ ਸਾਡੀ ਨਵੀਂ ਟੇਪ ਬੀਅਰ ਵਰਗੀ ਨੂੰ ਬਹੁਤ ਪਿਆਰ ਦਿੱਤਾ ਤੇ ਇਸੇ ਤਰ੍ਹਾਂ ਹੀ ਦਿੰਦੇ ਰਹੋ ਇਹਨਾਂ ਕਹਿੰਦਾ ਹੋਇਆ ਦੋਸਤੋ ਸਾਰਿਆਂ ਨੂੰ ਮੋਹ ਭਰੀ ਸਤਿ ਸ਼੍ਰੀ ਅਕਾਲ ਤੂੰ ਹੀ ਬਲੈਂਡਰ ਤੂੰ ਹੀ ਰੰਮ ਕੁੜੇ ਸ਼ੈਂਪੀਅਨ ਵਾਂਗੂ ਭੁੱਲ ਕੇ ਆ ਜਾ ਭੁੱਲ ਜਾ ਕੰਮ ਕੁੜੇ ਤੂੰ ਸਿਗਨੇਚਰ ਤੂੰ ਹੀ ਬਲੈਂਡਰ ਤੂੰ ਹੀ ਰੰਮ ਕੁੜੇ ਸ਼ੈਂਪੀਅਨ ਵਾਂਗੂ ਭੁੱਲ ਕੇ ਆ ਜਾ ਭੁੱਲ ਜਾ ਕੰਮ ਕੁੜੇ ਤੇਰੀ ਲੱਗਦੀ ਨਾ ਕੋਈ ਡਿਗਰੀ ਤੂੰ ਜਕਦਮ ਹੀ ਚੜ੍ਹਦੀ ਏ ਹਾਂ ਠੰਡੀ ਰਹਿ ਮਟਿਆਰੇ ਨੀ ਤੂੰ ਮੇਰੀ ਬੀਅਰ ਵਰਗੀ ਏ ਹਾਂ ਠੰਡੀ ਰਹਿ ਮਟਿਆਰੇ ਨੀ ਤੂੰ ਮੇਰੀ ਬੀਅਰ ਵਰਗੀ